हाँ जी, गुड मॉर्निंग सारे, सत श्री अकाल। जिवें कि मैं तुहानूं पहला भी दस्सिया सीगा वी आपां कदों चाहते ब्लॉग बनाउणा स्टार्ट करना है ना मॉर्निंग यार, मतलब 3:30 बजे उठ के नहा लू के फ्रैश हो के चूरी बनाई, चाह बनाई। हुण उस तों बाद मतलब टाइम आ गया वर्त रखण दा, ते तकरीबन 4:30 है ना दा टाइम हो रहा है। तां टाइम इस तों पहले 5 बजे तों पहले पहले रख लईए ना, क्योंकि अज मौसम खराब होण करके बाहरे तारे तूरे वी नहीं दिख रहे हैगे। आपणे की हुंदा कि पहलां आपणे हसबैंड दा फेस देख के तारा देख के ना लास्ट आ जा जो भी उदों तक खाना बंदा खाना खा सकदा हुंदा है ना। तो मेरे को टाइम बहुत घट है, आप जल्दी जल्दी शुरू करते हैं। तो आ देखो बनाइए चूरी, जल्दी जल्दी खा लो। तो चाह बनाई है ना घेंट जी, तो ये आप करते हैं अपना वर्त शुरू। ओके जी, मिलते हैं फिर थोड़ा टाइम बाद। ਕਿੰਨੂ ਓਏ ਉਹ ਕਿੰਨੂ ਭੁੱਖ ਲੱਗੀ ਆ? ਕਿੰਨਾ ਟਾਈਮ ਹੋਇਆ? 11:30 ਲੱਗੀ ਹੈਗੀ। ਕੋਈ ਨੀ, ਅੱਛਾ ਵਲੌਗ ਲਈ ਵੀਡੀਓ ਬਣਾਉਣਾ ਹੈ? ਹਾਂ, ਬਾਰਿਸ਼ ਬਹੁਤ ਹੋ ਰਹੀ ਹੈ ਬਾਹਰ। ਹੈ ਨੰਨਾ ਵੀਡੀਓ ਸੁੱਤ ਗਿਆ, ਸੌਂ ਗਿਆ? ਕੁਛ ਖਾਣਾ? ਅੱਜ ਤਾਂ ਚੰਦਰਮਾ ਨਿਕਲਦਾ ਨਹੀਂ, ਬੱਦਲ ਬਹੁਤ ਨੇ। ਨਿਕਲੂਗਾ, ਕੋਈ ਨਹੀਂ, ਅੰਦਾਜ਼ੇ ਜਿਹਾ ਤੁੱਕੇ ਜਿਹਾ ਕਰ ਲਾਂਗੇ, ਕੋਈ ਗੱਲ ਨਹੀਂ। ਕੀ ਵੀਡੀਓ ਬਣਾ ਰਹੇ, ਵਲੌਗ ਲਈ ਬਣਾ ਰਹੇ ਨਾ? ਫਿਰ ਹਜੇ ਤਾਂ ਮੱਥਾ ਟਾਈਮ ਬਣਾਵਾਂਗੇ ਆਪਾਂ ਵੀਡੀਓ। ਮਿਲਤੇ ਹੈ ਮੱਥਾ ਟੇਕਣੇ ਕੇ ਟਾਈਮ, ਤਿਆਰ ਹੋਵਾਂਗੇ ਜਦੋਂ 2 ਵਜੇ ਉਦੋਂ ਪਾਵਾਂਗੇ ਆਪਾਂ। ਫਿਲਹਾਲ ਤਾਂ 11:30 ਮਿਲੋ, ਬਾਏ। ਤੇ ਹਾਂਜੀ, ਹੁਣ ਆਪਾਂ ਹੁਣ ਜਾ ਰਹੇ ਹਾਂ ਰੈਡੀ, ਬਿਕੋਜ਼ 2 ਦਾ ਟਾਈਮ ਹੋ ਗਿਆ। 2 ਵੱਜ ਗਿਆ ਨਾ, 2 ਵਜੇ ਦਾ ਟਾਈਮ ਹੋ ਗਿਆ। ਆਪਣੇ ਦੁਪਹਿਰ 'ਚ ਨਾ ਕੀ ਕਰਦੇ ਹੈਗੇ, ਮਤਲਬ ਕਰੂਆ ਲੈ ਕੇ, ਕਰਵਾ ਲੈ ਕੇ ਆਪਣਾ ਹੈ ਨਾ, ਤਾਂ ਮੱਥਾ ਟੇਕਦੇ ਹਾਂ। ਮੱਥਾ ਟੇਕ ਕੇ ਥੋੜ੍ਹਾ ਬਹੁਤ ਮਤਲਬ ਜੋ ਵੀ ਹੁੰਦਾ ਜਿਹੜਾ ਮੱਥਾ ਟੇਕਣਾ ਹੁੰਦਾ, ਸ਼ਗਨ ਵਿਹਾਰ ਕਰ ਦਿੰਦੇ ਨੇ। ਮੰਮਾ ਨੂੰ ਦੱਸਿਆ ਗਾ, ਆਪਾਂ ਤੁਹਾਨੂੰ ਦਿਖਾਵਾਂਗੇ ਬਾਅਦ 'ਚ ਵੀ ਕਿਵੇਂ ਕਿਵੇਂ ਕਰਨਾ ਗਾ। ਫਿਲਹਾਲ ਹੀ ਆਪਾਂ ਰੈਡੀ ਹੋ ਰਹੇ ਹਾਂ। ਇਹ ਰਿਹਾ ਮੇਰਾ ਸੂਟ, ਪਰਾਂਦੀ ਐਂਡ ਜੁੱਤੀ ਐਂਡ ਨੈਕਲੈਸ ਐਂਡ ਚੂੜੀਆਂ, ਸਾਰਾ ਕੁਛ ਜੋ ਵੀ ਹੈ ਨਾ, ਮਤਲਬ ਸਾਰਾ ਰੈਡੀ ਹੋਣ ਦੇ ਲਈ। ਜਿਹੜਾ ਮੇਨ ਮੇਰਾ ਮਤਲਬ ਬੇਸਿਕ ਨੀ ਚੀਜ਼ਾਂ ਨੇਗੀਆਂ ਉਹ ਵਾਲੀਆਂ, ਅਤੇ ਬਾਕੀ ਆਪਾਂ ਤਿਆਰ ਹੋਣ ਤੋਂ ਬਾਅਦ ਤੁਹਾਡਾ ਕਰਦੇ ਹਾਂ ਗੱਲਬਾਤ ਹੈ ਨਾ। ਅਤੇ ਮਤਲਬ ਗੱਲਬਾਤ ਤਾਂ ਕੀ ਕਰਨੀ ਹੈ, ਦਿਖਾਵਾਂਗੇ ਸਿੱਧਾ ਤੁਹਾਨੂੰ ਵੀ ਕਿੱਦਾਂ ਕਿੱਦਾਂ ਕੀ ਕੀਤਾ ਸੀ ਨੇ, ਮੱਥਾ ਕਿੱਦਾਂ ਟੇਕ ਦਿਆਂਗੇ, ਤੁਹਾਡੇ ਕਿੱਦਾਂ ਟੇਕ ਦਿਆ, ਉਹਦੇ ਵੀ ਆਪਾਂ ਕਮੈਂਟਸ ਵਗੈਰਾ ਪੜ੍ਹਾਂਗੇ। ਤੁਸੀਂ ਦਿਓ ਰਿਵਿਊ ਕਿੱਦਾਂ ਦੇ ਲੱਗਿਆ, ਕਿੱਦਾਂ ਦਾ ਨਹੀਂ ਲੱਗਿਆ ਹੈ ਨਾ। ਸੋ ਮਿਲਦੇ ਹਾਂ ਰੈਡੀ ਹੋਣ ਤੋਂ ਬਾਅਦ। ਲਓ ਜੀ, ਆਪਾਂ ਹੋ ਚੁੱਕੇ ਹਾਂ ਹੁਣ ਰੈਡੀ, ਅਤੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਿਓ ਵੀ ਕਿੱਦਾਂ ਦੇ ਲੱਗ ਗਏ ਹੈਗੇ ਹੈ ਨਾ। ਵੈਸੇ ਥੋੜ੍ਹਾ ਜਿਹਾ ਰੈਡੀ ਹੋਇਆ, ਮਤਲਬ ਜ਼ਿਆਦਾ ਨਹੀਂ, ਸ਼ਾਮ ਨੂੰ ਤਿਆਰ ਹੋਵਾਂਗੇ। ਮੰਮਾ ਕਹਿੰਦੇ ਵੀ ਮੇਰਾ ਹਾਲ ਮੱਥਾ ਟੇਕਣ ਦੇ ਲਈ ਮਤਲਬ ਹਲਕਾ ਫੁਲਕਾ ਜਿਹਾ ਤਿਆਰ ਹੋ ਜਾਓ, ਮਤਲਬ ਜ਼ਿਆਦਾ ਹਲਕਾ ਫੁਲਕਾ ਵੀ ਨਹੀਂ ਕਹਿ ਸਕਦੇ, ਆਪਾਂ ਠੀਕ ਤਿਆਰ ਹੋਏ ਹਾਂਗੇ, ਇੰਨੇ ਵੀ ਨਹੀਂ ਮਾੜੇ ਲੱਗਦੇ, ਠੀਕ ਲੱਗ ਰਹੇ ਹੋਵਾਂਗੇ। ਅਤੇ ਹੈ ਨਾ, ਹੁਣ ਆਪਾਂ ਮੱਥਾ ਟੇਕਣ ਜਾ ਰਹੇ ਹਾਂਗੇ, ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਨੀਚੇ ਜਾ ਕੇ ਵੀ ਕਿੱਦਾਂ ਆਪਣੇ ਮੱਥਾ ਟੇਕਦੇ ਆ, ਅਤੇ ਤੁਹਾਡੇ ਕਿੱਦਾਂ ਟੇਕਦੇ ਆ ਇਹ ਵੀ ਮੈਨੂੰ ਦੱਸੋ ਕਮੈਂਟ ਬਾਕਸ ਦੇ ਵਿੱਚ। ਅਤੇ ਫਿਲਹਾਲ ਲਈ ਆਪਾਂ ਰੈਡੀ ਹੋ ਚੁੱਕੇ ਹਾਂ, ਠੀਕ ਹੈ ਜੀ, ਚੱਲੀਏ ਵੇ। ਅਤੇ ਫਾਈਨਲੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਮੱਥਾ ਟੇਕਣ ਲਈ, ਹੈ ਨਾ। ਮੰਮਾ ਆਪਾਂ ਨੂੰ ਦੱਸਣਗੇ ਵੀ ਕਿਵੇਂ ਕਿਵੇਂ ਕੀ ਕਰਨਾ, ਕਿਉਂਕਿ ਮੈਨੂੰ ਇਹਦੇ ਬਾਰੇ ਇੱਥੇ ਦਾ ਰੀਤੀ ਰਿਵਾਜ਼ ਨਹੀਂ ਪਤਾ। ਮੈਂ ਪਹਿਲਾਂ ਜਦੋਂ ਰੱਖਿਆ ਸੀ ਨਾ, ਉਹਨੇ ਪੇਕੇ ਰੱਖਿਆ ਸੀਗਾ, ਤਾਂ ਪਹਿਲਾਂ ਮੰਮੀ ਕਹਿੰਦੇ ਵੀ ਕਰਵਾਉਣ ਦੇ ਇੱਕ ਅੱਬਾ ਨੇ ਫਲ ਫਰੂਟ ਰੱਖਣਾ ਹੈ ਨਾ, ਦੱਸੀ ਜਾਈ ਹੈ ਨਾ। ਬਸ ਅਮਾ ਤੁਹਾਨੂੰ ਪਤਾ ਨਾ ਤੁਸੀਂ ਕੋਲ ਕੀਤੇ ਹੈਗੇ ਕੇਲੇ ਅਬਲ ਦਾ ਪੋਲੀਥੀਨ ਸੀ ਦਾ ਮੰਮਾ ਇੱਕ ਇੱਕ ਰੱਖਣਾ ਵੀ ਦੋ ਮੰਮਾ ਇੱਕ ਇੱਕ ਐਪਲ ਇੱਕ ਸਾਰਿਆਂ ਦੇ ਆਣਾ ਅੱਜ ਤਾਂ ਆਪੇ ਖਾਣੇ ਨੇ ਚੱਕਦੇ ਆਪੇ ਖਾਣੇ ਨੇ ਮੰਮੀ ਕਹਿੰਦੇ ਨੰਨਾ ਵੀ ਪਹੁੰਚ ਗਿਆ ਅੱਛਾ ਇੱਕ ਕੇਲੇ ਇੱਕ ਐਪਲ ਹੈ ਨਾ ਮੰਮਾ ਖੜ ਜਾ ਚਿੱਕੋ ਆਪਾਂ ਮੱਥਾ ਟੇਕ ਲਈਏ ਪੁੱਤ ਡੰਡੀ ਨਾਲ ਹੀ ਆ ਰਹੇ ਮੰਮੀ ਅੱਛਾ ਸਾਰੇ ਟੁੱਟੀ ਜਾਂਦੇ ਨੇ ਮੂੰਹ ਚੱਕਰ ਕੀ ਆ ਡੰਡੀ ਨਾਲ ਹੀ ਆ ਕੋਈ ਨਾ ਫਿਰ ਕੀ ਆ ਮੈਂ ਵੀ ਰੱਖ ਸਕਦੇ ਹਾਂ 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 ਹੁਣ ਕੀ ਕਰ ਪਰ ਹੁਣ
ਹਾਂਜੀ ਹੁਣ ਉਹ ਪਾ ਕੇ ਸੰਤ ਨਾਗ ਬਿਠਾ ਤੇ ਇੱਧਰ ਇੱਧਰ ਵੀ ਕੈਮਰੇ ਚ ਕਰੇ ਨੰਨੇ ਨੂੰ ਵੀ ਦਿਖਾ ਦੇ ਕਥਾ ਚੱਲਦੀ ਹੈ ਕਥਾ ਤੇ ਹੁਣ ਆਹ ਪਾਣੀ ਇੱਕ ਵਾਰ ਚ ਕਿ ਸੱਤ ਵਾਰ ਪਾਉਂ ਇੱਕ ਵਾਰ ਹਾਂ ਅੱਗੇ ਬਸ ਹੁਣ ਮੱਥਾ ਦੇ ਮੱਥਾ ਟੇਕ ਲਾ ਨਾ ਨੰਨੇ ਚੰਦਨ ਨੰਨੇ ਚੰਦਨ ਹੱਥ ਆ ਗਿਆ ਕਹਿਣਾ ਕੀ ਮੰਮੀ ਬਸ ਕੁਛ ਨਹੀਂ ਕਹਿਣਾ ਗੁਣ ਤਾਂ ਕਿ ਮੈਨੂੰ ਸਰ ਬੁੱਧੀ ਦੋ ਕਿ ਬੁੱਧੀ ਬਖਸ਼ ਮੈਨੂੰ ਸਰ ਬੁੱਧੀ ਦੋ ਸਰ ਬੁੱਧੀ ਦੋ ਸਮਨਾ ਲਓ ਜੀ ਕੀ ਹਾਂਜੀ ਹੁਣ ਭੁੱਖ ਬਹੁਤ ਲੱਗੀ ਹੋਈ ਆ ਸੀਰੀਅਸਲੀ ਭੁੱਖ ਬਹੁਤ ਲੱਗੀ ਹੋਈ ਆ ਬਟ ਹੁਣ ਚੰਦ ਦੀ ਵੇਟ ਕਰ ਰਹੇ ਹਾਂਗੇ ਸਾਰੀ ਸਾਈਡ ਮਤਲਬ ਇਹੀ ਹਾਲ ਹੋ ਰਿਹਾ ਗਾ ਵੀ ਚੰਦ ਦਾ ਕਿਤੇ ਨਾਮ ਨਿਸ਼ਾਨ ਨਹੀਂ ਹੈਗਾ ਚੰਦਰਮਾ ਪਤਾ ਨਹੀਂ ਕਿੱਥੇ ਲੁਕਿਆ ਹੋਇਆ ਬੱਦਲਾਂ 'ਚ ਲੁਕਿਆ ਹੋਇਆ ਕਿੱਥੇ ਲੁਕਿਆ ਹੋਇਆ ਫਿਲਹਾਲ ਵੇਟ ਕਰਦੇ ਹਾਂ ਛੱਤ 'ਤੇ ਖੜੇ ਹਾਂ ਕਦੋਂ ਦੇ ਅਤੇ ਉੱਪਰ ਠੰਡ ਬਹੁਤ ਲੱਗ ਰਹੀ ਸੀ ਇਸ ਕਰਕੇ ਨੀਚੇ ਆ ਗਏ ਥੋੜ੍ਹਾ ਟਾਈਮ ਲਈ ਹੁਣ ਆਪਾਂ ਫਿਰ ਉੱਪਰ ਜਾਵਾਂਗੇ ਬਟ ਪਹਿਲਾਂ ਮੈਂ ਵੀਡੀਓ ਬਣਾਉਣਾ ਭੁੱਲ ਗਈ ਸੀ ਜਦੋਂ ਪਹਿਲਾਂ ਉੱਪਰ ਗਏ ਸੀਗੇ ਨਾ ਪਹਿਲਾਂ ਅਸੀਂ ਕਾਫੀ ਟਾਈਮ ਉੱਪਰ ਨੱਚ ਨੁੱਚ ਕੇ ਆਵਾਂਗੇ ਮਤਲਬ ਕਾਫੀ ਮਸਤੀ ਕੀਤੀ ਬਟ ਮਿਸ ਹੋ ਗਿਆ ਨਾ ਭੁੱਲ ਗਏ ਸੀਗੇ ਮਸਤੀ ਕਰਦੇ ਕਰਦੇ ਅਤੇ ਹੁਣ ਮੈਂ ਦੁਬਾਰਾ ਲੈ ਕੇ ਜਾਊਂਗੀ ਕੈਮਰਾ ਅਤੇ ਤੁਹਾਨੂੰ ਉੱਪਰਲਾ ਸਾਰਾ ਵਿਊ ਦਿਖਾਵਾਂਗੇ ਆਪਾਂ ਕਿੱਦਾਂ ਉੱਪਰ ਆਪਾਂ ਹੈ ਨਾ ਕਿ ਅਰਗ ਦਾ ਕਰਨ ਮਤਲਬ ਕਿੱਦਾਂ ਅਰਗ ਦਿੰਦੇ ਹੈਗੇ ਇੱਥੇ ਮੰਮੀ ਹੋਣੀ ਦੱਸਣਗੇ ਮੰਮੀ ਹੋਣੀ ਕਹਿੰਦੇ ਸੀਗੇ ਵੀ ਮਤਲਬ ਸਿੰਪਲ ਵੇ ਨਾਲ ਜੋ ਵੀ ਹੁੰਦਾ ਗਾ ਬੋਲ ਕੇ ਪਤਾ ਨਹੀਂ ਮੈਨੂੰ ਉਹਦਾ ਵਰਡਿੰਗ ਦਾ ਕੀ ਬੋਲਦੇ ਨੇਗੇ ਅਤੇ ਅਰਗ ਦੇਵਾਂਗੇ ਆਪਾਂ ਅਤੇ ਚੱਲੀਏ ਜੀ ਉੱਪਰ ਚਲੋ ਫਿਰ ਵੇਟ ਤਾਂ ਕਰ ਲੋ ਹਾਂ ਨਿਕਲੋ ਮੰਮੀ ਚੰਦ ਫਿਰ ਆਪਾਂ ਸਮਾਨ ਉੱਤੇ ਰੱਖ ਲੈਂਦੇ ਇੰਨੀ ਵੇਟ ਕਰ ਲੈਂਦੇ ਹਾਂ ਬਜਿੰਦਰ ਦੀਦੀ ਨਹੀਂ ਆਏ ਹੈਗੇ ਬਜਿੰਦਰ ਦੀਦੀ ਆ ਗਏ ਅੱਗੇ ਬੜਾ ਪੁੱਤ ਕਿਨੂੰ ਹੌਲੀ ਹੌਲੀ ਚਲਿਓ ਗਿਰ ਨਾ ਜਾਇਓ ਇਹ ਹੌਲੀਆਂ ਤੀਆਂ ਚਲੋ ਹੋਰ ਪਾਓ ਕਦੇ ਜਾਇਆ ਕਰੋ ਕਦੇ ਆਇਆ ਕਰੋ ਕਦੇ ਜਾਇਆ ਕਰੋ ਕਦੇ ਤੋੜ ਤੋੜ ਸੀਟੀਆਂ ਵਜਾਇਆ ਕਰੋ ਕਦੇ ਤੋੜ ਤੋੜ ਸੀਟੀਆਂ ਵਜਾਇਆ ਨੀਚੇ ਕਰ ਨੀਚੇ ਕਰੀ ਜਾਓ ਫਿਰ ਜਮੀ ਖਾਲੀ ਹੋ ਜਾਂਦਾ ਹੁੰਦਾ ਕੋਈ ਨਾ ਤੁਸੀਂ ਥੋੜਾ ਡੋਲੋ ਇੱਕ ਦੋ ਬੋਲੋ ਤੁਸੀਂ
करके बह गई खाली हूं देख ला किन्नी बार करना पांच बार तीन बार हम थले कर तू हूं मैं पानी पांच बार कर करो थोड़ा थोड़ा डोलो थोड़ा थोड़ा ताई देनी ਸਿਉਂ ਦਿਓ ਪਰ ਸਿਉਂ ਦਿਓ ਸਿਉਂ ਦਿਓ ਕਰਵਾ ਮੰਮੀ ਪਾਣੀ ਨਹੀਂ ਦਾ ਦੇ ਅਭੀ ਮੀ ਪੈਂਦਾ ਬਾਹੀ ਚੂੜਾ ਲਾ ਚੜੀ ਚਾਰ ਅਰਗ ਦੇਣ ਚੜੀ ਚੱਲਾ ਨਾ ਸ਼ਬਦ ਚੜੀ ਤੇਰੇ ਤੇ ਦੋ ਦੋ ਰਾਤ ਕਰਵਾ ਅਰਗ ਦੇਣ ਚੜੀ ਆਈ ਗਾ ਵੈਸ ਚੱਲ ਹੋਵੇ ਕਰ ਪੰਜ ਹੁਣ ਸਿਉਂ ਦਿਓ ਪਰ ਸਿਉਂ ਦਿਓ ਕਰਵਾ ਹੱਥੀ ਮਹਿੰਦੀ ਰੰਗਲੀ ਬਾਹੀ ਚੂੜਾ ਲਾਲ ਸਾਗਣ ਭਾਗਣ ਚੜੀ ਚਵਾਰੇ ਅਰਗ ਦੇਣ ਚੜੀ ਬਲੋੜੀ ਅਰਗ ਦੇਣ ਚੜੀ ਆ ਇੱਕ ਹੋਰ ਹੈਗਾ ਲਾਸਟ ਮੈਨੂੰ ਤਾਂ ਪਤਾ ਨਹੀਂ ਕਿੰਨੇ ਦਿਨ ਲਾਸਟ ਹੋਏਗਾ ਪੰਜਵਾਂ ਰਹਿ ਗਿਆ ਸਿਉਂ ਦਿਓ ਕਰਵਾਰ ਕੀ ਅੱਗੇ ਹੱਥੀ ਮਹਿੰਦੀ ਰੰਗਲੀ ਬਾਹੀ ਚੂੜਾ ਭਾਗਣ ਚਵਾਰੇ ਚੜੀ ਦੇਣ ਅਰਗ ਚੜੀ ਮੈਂ ਤਾਂ ਸਾਰਾ ਇਹੋ ਕਰ ਲਿਆ ਵਿਚਾਰਿਆ ਕੜੇ ਚ ਪਾ ਸਾਰਾ ਲੈ ਜੀ ਲਓ ਜੀ ਅੰਦਰ ਦੇਤਾ ਲਓ ਜੀ ਹੁਣ ਆਪਾਂ ਚੱਲਾਂਗੇ ਰੈਸਟੋਰੈਂਟ ਕਿਹੜੇ ਰੈਸਟੋਰੈਂਟ ਚੱਲਿਆ ਜਿਹੜਾ ਵੀ ਫ੍ਰੀ ਮਿਲਿਆ ਵੈਸੇ ਬੁਕਿੰਗ ਕੀਤੀ ਸੀਗੀ ਤੇ ਉੱਥੇ ਲੱਗ ਰਿਹਾ ਕਹਿੰਦੇ ਵੀ ਆਪਾਂ ਲੇਟ ਹੋ ਚੁੱਕੇ ਹਾਂਗੇ ਕਾਫੀ ਲੇਟ ਹੋ ਚੁੱਕੇ ਹਾਂਗੇ ਵੀ ਜੇ ਅਗਰ ਉਹ ਉੱਥੇ ਨਾ ਓਪਨ ਮਿਲਿਆ ਕੁਛ ਤਾਂ ਆਪਾਂ ਕਿਤੇ ਹੋਰ ਦੇਖਾਂਗੇ ਅੱਜ ਤਾਂ ਸਾਰੇ ਕਿਤੇ ਭੀੜ ਹੋਣੀ ਆ ਨਾ ਤਾਂ ਆਪਾਂ ਹੁਣ ਨਿਕਲ ਚੱਲਿਆਂਗੇ ਜੀ ਡਿਨਰ ਕਰਨ ਦੇ ਲਈ ਠੀਕ ਹੈ ਤੇ ਨੰਨਾ ਵੀ ਵਿਚਾਰਾ ਠੰਡ ਦੇ ਮਾਰਿਆ ਪਿਆ ਜਵਾਕ ਕੀ ਕਰੀਏ ਹੁਣ ਇਕੱਲਾ ਵੀ ਨਹੀਂ ਸੀ ਇਹਨੂੰ ਛੱਡ ਸਕਦੇ ਹੈ ਨਾ ਤੇ ਨੰਨੇ ਸਿਹਾਈ ਚਕੂ ਆਈ ਬੋਲੋ ਬੱਤੋ ਇਹ ਵਿਚਾਰਾ ਅੱਜ ਮੇਰੀ ਜੂਲਰੀ ਵਗੈਰਾ ਦੇਖ ਕੇ ਨਾ ਤਿਆਰ ਹੋਈ ਦੇਖ ਕੇ ਹੈਂਗ ਹੀ ਹੋਇਆ ਪਿਆ ਮਤਲਬ ਗੱਲ ਹੀ ਨਹੀਂ ਕੋਈ ਕਰ ਰਿਹਾ ਹੈਗਾ ਤੇ ਹੁਣ ਆਪਾਂ ਮਿਲਦੇ ਹਾਂਗੇ ਸਿੱਧਾ ਰੈਸਟੋਰੈਂਟ ਦੇ ਵਿੱਚ ਤੇ ਖਾਂਦੇ ਹਾਂ ਕੁਛ ਲਜ਼ੀਜ਼ ਜਿਹਾ ਕਿਉਂਕਿ ਯਾਰ ਭੁੱਖ ਬਹੁਤ ਲੱਗੀ ਹੈ ਸੱਚੀ ਲੱਗੀ ਹੋਈ ਆ ਹੁਣ ਤਾਂ ਬਾਕੀ ਲੱਗੀ ਹੈ ਮੂੰਹ ਤੇ ਚਲੋ ਫਿਰ ਮਿਲਦੇ ਹਾਂ ਉੱਥੇ ਓਕੇ ਜੀ ਬਾਏ ਲਓ ਜੀ ਪਹੁੰਚ ਚੁੱਕੇ ਆਪਾਂ ਕਿਹੜਾ ਬੜਾ ਇਹ ਸਤਕਾਰ ਸਤਕਾਰ ਰੈਸਟੋਰੈਂਟ ਪਹੁੰਚ ਚੁੱਕੇ ਹਾਂਗੇ ਆਪਾਂ ਤੇ ਰਸ਼ ਕਾਫੀ ਲੱਗ ਰਿਹਾ ਹੈਗਾ ਦੇਖ ਕੇ ਹਨਾ ਲਓ ਜੀ ਫਾਈਨਲੀ ਘਰ ਪਹੁੰਚ ਗਏ ਟਾਈਡ ਹੋ ਗਏ ਪੂਰੇ ਤੇ ਜੇ ਪੰਜ ਦਸ ਮਿੰਟ ਲੇਟ ਹੋ ਜਾਂਦੇ ਤਾਂ ਮੈਨੂੰ ਲੱਗਦਾ 12 ਵਜੇ ਤੋਂ ਪਹਿਲਾਂ ਵਾਪਸੀ ਨਹੀਂ ਹੋ ਸਕਦੀ ਸੀ ਕਿਉਂਕਿ ਰਸ਼ ਬਹੁਤ ਸੀਗਾ ਹਨਾ ਮੈਮ ਰਸ਼ ਬਹੁਤ ਸੀ ਨਾ ਬਹੁਤ ਜ਼ਿਆਦਾ ਹਾਂ ਤੇ ਰਸ ਹੋਣ ਕਰਕੇ ਆਪਾਂ 12 ਵਜੇ ਤੋਂ ਪਹਿਲਾਂ ਨਹੀਂ ਸੀ ਪਹੁੰਚ ਸਕਦੇ ਬਟ ਆਪਾਂ ਟਾਈਮ ਨਾਲ ਚੱਲ ਗਏ ਸੀਗੇ ਹਨਾ ਘਰੋਂ ਤਾਂ ਕਰਕੇ ਆਪਾਂ ਨੂੰ ਟੇਬਲ ਜਲਦੀ ਮਿਲ ਗਿਆ ਸੀ ਅਤੇ ਖਾਣਾ ਵੀ ਜਲਦੀ ਮਿਲ ਗਿਆ ਸੀਗਾ ਅਤੇ ਵਲੌਗ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਦੱਸਿਓ ਨੀਚੇ ਹੈ ਨਾ ਕਮੈਂਟ ਬੋਕਸ ਦੇ ਵਿੱਚ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਆਪਾਂ ਹੁਣ ਤੋਂ ਵਲੌਗਿੰਗ ਸ਼ੁਰੂ ਕਰ ਦਾਂਗੇ ਅਤੇ ਨਵੇਂ ਨਵੇਂ ਵਲੌਗ ਦੇਖਣ ਲਈ ਨਵੀਂ ਨਵੀਂ ਥਾਂ 'ਤੇ ਵਿਜ਼ਿਟ ਕਰਨ ਦੇ ਲਈ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਵਾ ਦਿਓ ਥੈਂਕ ਯੂ ਸੋ ਮੱਚ